ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਾਰ KPS ਗਿੱਲ ਅਤੇ ਅਜੀਤ ਸੰਧੂ ਦੀਆਂ ਰੂਹਾਂ ਨੂੰ ਤਾੜੀਆਂ ਮਾਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਤੁਸੀਂ ਸੋਚੋਗੇ ਇਹ ਗੱਲ ਭਲਾ ਮੈਂ ਕਿਉਂ ਆਖੀ ਆ। ਇਹ ਗੱਲ ਇਸ ਕਰਕੇ ਆਖੀ ਆ ਕਿ ਪਿਛਲੀ ਵਾਰ ਲੋਕ ਸਭਾ ਚੋਣਾਂ ਵਿੱਚ ਜਦੋਂ ਬੀਬੀ ਖਾਲੜਾ ਹਾਰੇ ਸੀ ਅਤੇ ਕਿਤੇ ਨਾ ਕਿਤੇ ਅਜੀਤ ਸੰਧੂ ਵਰਗੀਆਂ ਰੂਹਾਂ ਜਾਂ KPS ਗਿੱਲ, ਬੇਅੰਤ ਸਿੰਘ, ਉਹਨਾਂ ਨੇ ਕਿਤੇ ਨਾ ਕਿਤੇ ਤਾੜੀਆਂ ਜ਼ਰੂਰ ਮਾਰੀਆਂ ਹੋਣੀਆਂ ਬੈਠਿਆਂ ਨੇ ਵੀ ਜਿਨ੍ਹਾਂ ਦੀਆਂ ਲਾਸ਼ਾਂ ਲੱਭਦਿਆਂ ਲੱਭਦਿਆਂ ਭਾਈ ਜਸਵੰਤ ਸਿੰਘ ਖਾਲੜਾ ਖੁਦ ਲਾਸ਼ ਬਣ ਗਿਆ। ਇਹਨਾਂ ਲੋਕਾਂ ਨੇ ਉਹਦੀ ਕੁਰਬਾਨੀ ਦਾ ਇਹ ਮੁੱਲ ਪਾਇਆ ਅਤੇ ਸਾਨੂੰ ਸਹੀ ਹੋਣ ਦਾ ਸਰਟੀਫਿਕੇਟ ਦੇ ਦਿੱਤਾ। ਇਸ ਵਾਰ ਆਪਾਂ ਪਿਛਲੇ ਸਾਰੇ ਧੋਣੇ ਧੋ ਦੇਣੇ ਆ, ਕਿਉਂਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਹਲਕਾ ਖਡੂਰ ਸਾਹਿਬ ਦੀ ਪੰਥਕ ਸੀਟ ਦੇ ਉਮੀਦਵਾਰ ਬਣ ਜਾ ਰਹੇ ਆ, ਸੋ ਸਾਰੇ ਹੀ ਸੂਝਵਾਨ ਵੋਟਰਾਂ ਦੇ ਚਰਨਾਂ 'ਚ ਬੇਨਤੀ ਆ, ਖਾਸ ਤੌਰ 'ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਾਂਗਾ ਕਿ ਆਪੋ ਆਪਣੇ MLA ਸਾਹਿਬ ਨੂੰ ਇੰਨੀ ਗੱਲ ਕਹਿ ਦਿਓ ਕਿ ਜਦੋਂ ਵਿਧਾਨ ਸਭਾ ਚੋਣਾਂ ਆਉਣਗੀਆਂ ਉਦੋਂ ਵੇਖੀ ਜਾਊਗੀ, ਉਦੋਂ ਹੋ ਸਕਦਾ ਤੁਹਾਡੇ ਨਾਲ ਹੋਈਏ। ਪਰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੱਡੇ ਮਾਰਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਾਂ ਜਿਤਾ ਕੇ ਪਾਰਲੀਮੈਂਟ ਮੈਂਬਰ ਬਣਾਈਏ। ਜਦੋਂ 545 ਮੂਰਤੀਆਂ ਬੈਠੀਆਂ ਹੋਣਗੀਆਂ ਅਤੇ ਉਹਨਾਂ ਦੇ ਵਿੱਚ ਇੱਕ ਸਾਡਾ ਬਾਗੀ ਬੈਠਾ ਹੋਵੇਗਾ। ਦੇਖੋ ਸਾਰੇ ਹਾਂ ਵਿੱਚ ਹਾਂ ਮਿਲਾਉਣ ਵਾਲੇ ਹੋਣ ਅਤੇ ਬੇੜੀ ਪਾਰ ਨਹੀਂ ਹੁੰਦੀ, ਵਿੱਚ ਇੱਕ ਅੱਧਾ ਬੰਦਾ ਬਾਗੀ ਹੋਣਾ ਜ਼ਰੂਰੀ ਆ। ਅਤੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਵਰਗੀ ਸ਼ਖਸੀਅਤ ਲੋਕ ਸਭਾ ਦੇ ਵਿੱਚ ਬਾਗੀ ਸ਼ਖਸੀਅਤ ਬੈਠੀ ਹੋਊਗੀ ਜਿਹੜੀ ਹਰ ਗੱਲ ਦੇ ਉੱਤੇ ਪ੍ਰਸ਼ਨ ਕਰੂਗੀ, ਗਲਤ ਨੂੰ ਗਲਤ ਕਹਿਣ ਦੀ ਜ਼ਰੂਰਤ ਰੱਖੂਗੀ, ਉਦੋਂ ਖਡੂਰ ਸਾਹਿਬ ਵਾਲੋ ਤੁਹਾਨੂੰ ਆਪਣੇ ਆਪ ਉੱਤੇ ਬਹੁਤ ਵੱਡਾ ਮਾਣ ਹੋਵੇਗਾ। ਕਿਉਂਕਿ ਬੜੇ ਚਿਰ ਬਾਅਦ ਸਾਡੇ ਕੋਲ ਕੋਈ ਇਹੋ ਜਿਹੀ ਸ਼ਖਸੀਅਤ ਆਈ ਆ ਜਿਹੜੀ ਦਿੱਲੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਦੀ ਆ। ਅਤੇ ਇਹ ਗੱਲ ਜਮਣਾ ਪਾਰ ਵਾਲੇ ਵੀ ਮੰਨਦੇ ਆ ਕਿ ਕੋਈ ਇਹੋ ਜਿਹਾ ਬੰਦਾ ਆ ਜਿਹੜਾ ਬੇਬਾਕ ਬੇਝਿਜਕ ਹਰ ਗੱਲ ਦਾ ਜਵਾਬ ਦੇਣਾ ਜਾਣਦਾ ਵਾ। ਸੋ ਬਹੁਤੀ ਗੱਲ ਲੰਮੀ ਨਹੀਂ ਕਰਨੀ, ਬਸ ਇੰਨੀ ਕੁ ਬੇਨਤੀ ਆ ਕਿ ਜੇਕਰ ਆਪਣੀ ਜਵਾਨੀ ਨਾਲੀਆਂ ਗਲੀਆਂ ਅਤੇ ਰੂੜੀਆਂ ਵਿੱਚ ਰੁਲਣ ਤੋਂ ਬਚਾਉਣੀ ਆ ਅਤੇ ਇਹੋ ਜਿਹੀ ਸੋਚ ਵਾਲੇ ਸਾਡੇ ਕੋਲ ਨੌਜਵਾਨ ਵੀਰ ਜਾਂ ਇਹੋ ਜਿਹੀ ਸੋਚ ਵਾਲੇ ਸਾਡੇ ਕੋਲ ਲੀਡਰ ਹੋਣੇ ਬੜੇ ਜ਼ਰੂਰੀ ਆ। ਸੋ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ ਬਾਹਰ ਆਉਣਾ ਵੀ ਜੇਲ੍ਹ ਵਿੱਚੋਂ ਬੜਾ ਜ਼ਰੂਰੀ ਆ। ਸੋ ਵੱਧ ਤੋਂ ਵੱਧ ਬੇਨਤੀ ਆ, ਬੇਨਤੀ ਮਤਲਬ ਨਿਮਰਤਾ ਸਹਿਤ ਹੱਥ ਜੋੜ ਕੇ ਆ ਕਿ ਉਹ ਪਿਛਲੇ ਦਾਗ ਧੋ ਦੇਣੇ ਆਪਾਂ। ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਕਿ ਇਸ ਵਾਰ KPS ਗਿੱਲ ਅਤੇ ਹੋਰ ਜਿੰਨੇ ਵੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਉਹਨਾਂ ਦੀਆਂ ਰੂਹਾਂ ਨੂੰ ਤਾੜੀਆਂ ਮਾਰਨ ਦਾ ਮੌਕਾ ਨਾ ਕਿਤੇ ਦੇ ਦਿਓ ਅਤੇ ਇਸ ਵਾਰ ਲੱਗਾ ਦਾਗ ਮੁੜ ਕੇ ਧੋਣਾ ਨਹੀਂ ਤੁਹਾਡੇ ਕੋਲੋਂ, ਇਹ ਗੱਲ ਪੱਕੀ ਆ, ਇਸ ਗੱਲ ਦੀ ਗਰੰਟੀ ਵੀ ਆ। ਅਤੇ ਆਸ ਇਹੋ ਹੀ ਆ ਕਿ ਜਿੱਡੇ ਵੱਡੇ ਪੱਧਰ ਦੇ ਉੱਤੇ ਅਸੀਂ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਉੱਤੇ ਹਾਂ ਭਰ ਰਹੇ ਹਾਂ, ਜਿੱਦਣ ਵੋਟਾਂ ਹੋਣਗੀਆਂ ਉੱਦਣ ਵੀ ਅਸੀਂ ਇਹੋ ਹਾਂ ਭਰਾਂਗੇ, ਕਿਉਂਕਿ ਆਪਾਂ ਕਰਦੇ ਇੱਦਾਂ ਹੀ ਹਾਂ, ਕਿਉਂਕਿ ਸਾਡਾ ਸਾਰਾ ਕੁਝ ਸੋਸ਼ਲ ਮੀਡੀਆ ਬਣ ਕੇ ਰਹਿ ਗਿਆ ਵਾ, ਉੱਥੇ ਜਾ ਕੇ ਪਤਾ ਨਹੀਂ ਸਾਨੂੰ ਕੀ ਹੋ ਜਾਂਦਾ। ਸੋ ਇਸ ਕਰਕੇ ਬੇਨਤੀ ਆ ਕਿ ਇਕੱਲਾ ਫੇਸਬੁੱਕ, ਸੋਸ਼ਲ ਮੀਡੀਆ, ਵਟਸਐਪ ਦੇ ਉੱਤੇ ਹੀ ਨਾ ਵੋਟਾਂ ਪਾਈ ਜਾਇਓ, ਘਰਾਂ 'ਚੋਂ ਨਿਕਲ ਕੇ ਆਪਣੀਆਂ ਜ਼ਮੀਰਾਂ ਨੂੰ ਜਗਾ ਕੇ
ਆਪਣੇ ਬੱਚਿਆਂ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ, ਆਪਣੀ ਕੌਮ ਦੀ ਗੱਲ ਕਰਨ ਵਾਲੇ ਨੌਜਵਾਨਾਂ ਦੇ ਜੀਵਨ ਨੂੰ ਸਾਹਮਣੇ ਰੱਖ ਕੇ ਫਿਰ ਵੋਟਾਂ ਪਾਉਣ ਵਾਸਤੇ ਘਰਾਂ ਤੋਂ ਬਾਹਰ ਜਾਇਓ। ਸੋ ਬੇਨਤੀ ਆ ਹਲਕਾ ਖਡੂਰ ਸਾਹਿਬ ਦੇ ਸਾਰੇ ਸੂਝਵਾਨ ਵੋਟਰਾਂ ਨੂੰ ਕਿ ਕੋਈ ਵੱਡਾ ਫਰਕ ਨਹੀਂ ਪੈਂਦਾ, ਕੋਈ ਵੱਡੀ ਗੱਲ ਨਹੀਂ ਆ, ਜੇ ਆਪਾਂ ਇਸ ਵਾਰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਭੁਗਤੀਏ, ਸੈਂਟਰ ਤੱਕ ਵੀ ਪਤਾ ਲੱਗ ਜਾਵੇ, ਕੇਂਦਰ ਤੱਕ ਪਤਾ ਲੱਗ ਜਾਵੇ, ਪਤਾ ਲੱਗ ਜਾਵੇ ਮੌਜੂਦਾ ਸਰਕਾਰ ਨੂੰ ਵੀ ਕਿ ਜੋ ਅਸੀਂ ਗਲਤ ਕੀਤਾ, ਜੋ ਅਸੀਂ ਧੱਕੇਸ਼ਾਹੀ ਕੀਤੀ, ਉਹ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਵੀ ਹੈਗੀ ਆ। ਅਸਲ ਵਿੱਚ ਅੰਮ੍ਰਿਤਪਾਲ ਸਿੰਘ ਨਹੀਂ ਚੁੱਭਦਾ, ਅੰਮ੍ਰਿਤਪਾਲ ਸਿੰਘ ਦਾ ਸ਼ਿਕਾਇਆ ਹੋਇਆ ਜਾਂ ਉਹ ਖਾਲਸਾ ਵਹੀਰ ਜਾਂ ਨੌਜਵਾਨੀ ਨੂੰ ਸ਼ਿਕਾਇਆ ਜਾਣ ਵਾਲਾ, ਉਹ ਅੰਮ੍ਰਿਤ ਚੁੱਭਦਾ ਹੈ, ਜਿਹਦੇ ਨਾਲ ਕੌਮ ਇੱਕ ਝੰਡੇ ਥੱਲੇ ਇਕੱਠੀ ਹੁੰਦੀ ਆ, ਜਿਹਦੇ ਨਾਲ ਕੌਮ ਸਿਰ ਜੋੜ ਕੇ ਬਹਿੰਦੀ ਆ। ਸੋ ਇਹੋ ਹੀ ਚੀਜ਼ਾਂ ਤਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਸੋ ਬੇਨਤੀ ਆ ਸਾਰੇ ਸੂਝਵਾਨ ਵੋਟਰਾਂ ਦੇ ਚਰਨਾਂ 'ਚ ਕਿ ਕੇਵਲ ਅਤੇ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਭੁਗਤਿਓ। ਤੁਹਾਡੇ ਕੋਲੋਂ ਬੜੀ ਵੱਡੀ ਆਸ ਆ, ਉਮੀਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।